ਨਹੀਂ ਦੇਖਦੀਆਂ, ਜਿਹੜੇ ਬੰਦੇ ਨਾਲ ਤੁਰ ਰਹੀਆਂ ਨੇ ਉਹਨਾਂ ਨੂੰ ਨਹੀਂ ਪਤਾ ਵੀ ਉਹ 25 ਸਾਲ ਦਾ ਕਿ 50 ਸਾਲ ਦਾ, ਪਰ ਉਹ ਦੇਖਦੀਆਂ ਨੇ ਵੀ ਉਹਦੇ ਕੋਲ ਪੈਸਾ ਹੈ। ਸ਼ਾਇਦ ਇਹ ਗੱਲ ਬਹੁਤ ਜਣਿਆਂ ਨੂੰ ਬੁਰੀ ਲੱਗੂਗੀ, ਬਟ ਇਹ ਸੱਚਾਈ ਹੈ। ਪਿਓ ਦੇ ਦੋਸਤ ਨਾਲ ਹੀ ਕੁੜੀਆਂ ਦੀ ਫਰੈਂਡਸ਼ਿਪ ਹੈ। ਬਹੁਤ ਸਾਰੀਆਂ ਕੁੜੀਆਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੰਡੀਗੜ੍ਹ 12-1 ਵਜੇ ਮੁੰਡੇ ਗੱਡੀਆਂ 'ਚੋਂ ਲਾਹ ਜਾਂਦੇ ਆ, ਫਿਰ ਸੜਕਾਂ 'ਤੇ ਰੋਂਦੀਆਂ। ਉਹ ਕੁੜੀਆਂ ਦੇ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਦੇ ਪਿਓਾਂ ਦੇ ਇੰਟਰਵਿਊ ਕਰਕੇ ਤਾਂ ਦੇਖੋ, ਦੇਖੋ ਬਾਪੂ ਕੀ ਕਹਿੰਦਾ ਹੈ ਨਾ। ਉਹ ਜ਼ਹਿਰਾ ਐਵੇਂ, ਤੁਸੀਂ ਬਾਪ ਦੀ ਉਮਰ ਦੇ ਬੰਦੇ ਨਾਲ ਦੋਸਤੀ ਕਰ ਰਹੇ ਹੋ। ਜਿਹੜਾ ਬੰਦਾ ਤੁਹਾਡੇ ਪਿਓ ਦਾ ਦੋਸਤ ਹੈ ਨਾ, ਜਿਹਨੂੰ ਤੁਸੀਂ ਅੰਕਲ ਕਹਿੰਦੇ ਹੋ, ਤੁਸੀਂ ਕਦੇ ਨੋਟਿਸ ਕਰਿਓ, ਸ਼ਾਇਦ ਇਹ ਗੱਲ ਬਹੁਤ ਜਣਿਆਂ ਨੂੰ ਬੁਰੀ ਲੱਗੂਗੀ, ਬਟ ਇਹ ਸੱਚਾਈ ਹੈ। ਪਿਓ ਦੇ ਦੋਸਤ ਨਾਲ ਹੀ ਕੁੜੀਆਂ ਦੀ ਫਰੈਂਡਸ਼ਿਪ ਹੈ। ਅੱਜ ਦਾ ਦੌਰ ਆਹ ਚੱਲ ਰਿਹਾ ਮੇਰੇ ਵੀਰ। ਹੁਣ ਸਾਡਾ ਤਾਇਆ ਚਾਚਾ ਨਹੀਂ ਹੈ। ਅੱਗੇ ਨਾ ਪਿਓ ਦਾ ਜਿਹੜਾ ਦੋਸਤ ਹੁੰਦਾ ਸੀ ਉਹਨੂੰ ਅਸੀਂ ਤਾਇਆ ਜਾਂ ਚਾਚਾ ਕਹਿ ਕੇ ਬੁਲਾਉਂਦੇ ਸੀ, ਹੁਣ ਉਹ ਚੀਜ਼ ਨਹੀਂ। ਹੁਣ ਆਪਾਂ ਕਹਿੰਦੇ ਨਾ ਵੀ ਕੋਈ ਬਗਾਨਾ ਬੰਦਾ ਵੀ ਘਰੇ ਬਣਨਾ ਨਹੀਂ ਚਾਹੀਦਾ। ਬਿਲਕੁਲ, ਇਹਦੇ ਪਿੱਛੇ ਕੋਈ ਤਾਂ ਕਾਰਨ ਹੈ। ਮੈਂ ਨਾ ਪਿੱਛੇ ਜੇ ਇੱਕ ਵੀਡੀਓ ਦੇਖ ਰਿਹਾ ਸੀ, ਕਹਿੰਦਾ ਪਹਿਲਾਂ ਘਰ ਖੁੱਲੇ ਹੁੰਦੇ ਸੀ ਨਾ, ਕੋਈ ਗੇਟ ਨਹੀਂ ਹੁੰਦਾ ਸੀ, ਫਿਰ ਅਸੀਂ ਹੋਰ ਚਾਰ ਦੀਵਾਰੀ ਕਰ ਲਈ। ਹੁਣ ਤੁਸੀਂ ਇਹ ਦੇਖੋ ਵੀ ਕਮਰੇ ਦੇ ਵਿੱਚ ਵੀ ਜੇ ਕੋਈ ਕਮਰਾ ਨਾ, ਉਹਨੂੰ ਵੀ ਅਸੀਂ ਲੌਕ ਕਰਦੇ ਆਂ ਤੇ ਉਸ ਤੋਂ ਬਾਅਦ ਹੁਣ ਸੀਸੀਟੀਵੀ ਵੀ ਲਾਤੇ। ਬਿਲਕੁਲ, ਮਤਲਬ ਕਿੰਨਾ ਸਾਡੇ 'ਚ ਆਪਣਿਆਂ ਤੋਂ ਡਰ ਡਰ ਬੈਠ ਗਿਆ ਮੇਰੇ ਵੀਰ ਵੀ ਘਰੇ ਕੋਈ ਵੀ ਬੰਦਾ ਆਉਂਦਾ ਹੈ ਨਾ, ਕੋਈ ਭੈਣ ਭਰਾ ਵਾਲੀਆਂ ਚੀਜ਼ਾਂ, ਇਹ ਖਤਮ ਹੋ ਗਈ। ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰੀ ਸੀ ਵੀ ਅੱਜ ਦੇ ਟਾਈਮ 'ਚ ਕੋਈ ਭਰਾ, ਨਾ ਕੋਈ ਭਰਾ ਬਣਦਾ ਤੇ ਨਾ ਕੋਈ ਭਰਾ ਬਣਾਉਂਦੀ ਆ ਕੁੜੀ, ਹਨਾ। ਅਗਲੀ ਕਹਿੰਦੀ ਮੈਂ ਭਰਾ ਬਣਾਉਂਗੀ ਤਾਂ ਮੈਂ ਉੱਥੇ ਤੱਕ ਇਹਦੇ ਨਾਲ ਜਾ ਨਹੀਂ ਸਕਦੀ। ਨਹੀਂ, ਪਰ ਕਈ ਮੁੰਡੇ ਵੀ ਨੇ ਮਤਲਬ ਜਿਹੜੇ ਭੈਣ ਦੀ ਆੜ ਦੇ ਵਿੱਚ ਮਾੜੀ ਸੋਚ ਵੀ ਰੱਖਦੇ ਨੇ। ਪਤਾ ਨਹੀਂ, ਮਤਲਬ ਮੈਂ ਇਹ ਗੱਲ ਨੂੰ ਨਹੀਂ ਕਹੂੰਗੀ, ਕਿਉਂਕਿ ਕਹਿੰਦੇ ਨੇ ਵੀ ਜਿਹੜੀ ਗੱਲ ਆਪਣੇ ਆਪ ਤੇ ਲਾਗੂ ਹੋਵੇ ਨਾ, ਹੈਨਾ ਵੀਰੇ, ਮੁੰਡੇ ਵੀ ਨਾ ਕੁੜੀਆਂ ਨੂੰ ਦੇਖ ਕੇ ਬੁਲਾਉਂਦੇ ਨੇ ਵੀ ਇਹ ਕੁੜੀ ਕਿੱਥੇ ਸਟੈਂਡ ਕਰਦੀ ਹੈ। ਅੱਛਾ, ਇਹ ਮੈਂ ਆਪਣੀ ਪਰਸਨਲ ਗੱਲ ਕਹੂੰਗੀ ਵੀ ਮੈਂ ਜਿਵੇਂ ਹੁਣ ਹਰ ਇੱਕ ਨੂੰ ਮੇਰੀ ਅਕਸਰ ਇੱਕ ਆਦਤ ਹੈ, ਤੁਸੀਂ ਦੇਖਣਾ ਮੈਂ ਬਾਈ ਕਹਿ ਕੇ ਬੁਲਾਉਂਦੀ ਹਾਂ ਜਾਂ ਵੀਰ ਕਹਿ ਕੇ ਬੁਲਾਉਂਦੀ ਹਾਂ, ਪਰ ਮੈਨੂੰ ਉਹੀ ਜਿਹੀ ਇੱਜ਼ਤ ਉਹ ਜਿਹਾ ਪਿਆਰ ਐਕਚੁਅਲ 'ਚ ਮਿਲ ਰਿਹਾ। ਮਤਲਬ ਮੇਰੇ ਬੱਚੇ ਵੀ ਹੱਸਣ ਲੱਗ ਜਾਂਦੇ ਨੇ ਵੀ ਸਾਨੂੰ ਇਹ ਦੱਸਦੇ ਵੀ ਕਿਹੜਾ ਕੋਨਾ ਵੀ ਜਿੱਥੇ ਸਾਡਾ ਮਾਮਾ ਨਹੀਂ ਬੈਠਾ, ਹੈ ਨਾ। ਸੋ ਇਹ ਵੀ ਉਹ ਕੁਦਰਤ ਦੀ ਮਿਹਰ ਜਾਂ ਪਰਮਾਤਮਾ ਦਾ ਨਾ, ਕਹਿੰਦੇ ਨੇ ਵੀ ਇੱਕ ਵਧੀਆ ਹੱਥ ਤੁਹਾਡੇ ਸਿਰ ਤੇ ਹੋਣਾ ਬਹੁਤ ਜ਼ਰੂਰੀ ਹੈ। ਨਹੀਂ, ਇਹ ਲੱਗਦਾ ਸਾਰਾ ਵੇਖ ਵਿਖਾਵਾ ਬਾਹਰਲੇ ਕਲਚਰ ਦਾ ਵੀ ਹੈ ਕਿਤੇ, ਵੀ ਜਿਵੇਂ ਬਾਹਰ ਘੱਟ ਨੈਚੁਰਲੀ ਅਸੀਂ ਨਾ ਉਹਨਾਂ ਦਾ ਕਲਚਰ ਦਾ ਅਡਾਪਟ ਕਰ ਲਿਆ, ਅਸੀਂ ਉਹਨਾਂ ਦੀ ਸੋਚ ਨਹੀਂ ਅਡਾਪਟ ਕਰੀ। ਤੁਸੀਂ ਬਾਹਰ ਚਲੇ ਜਾਓ, ਬਾਹਰ ਉਹਨਾਂ ਨੇ ਬੇਸ਼ੱਕ ਉਹ ਮੈਂ ਕਹਿੰਦੀ ਹਾਂ ਸਾਰੇ ਕੱਪੜੇ ਉਤਾਰ ਕੇ ਵੀ ਬਹਿ ਜਾਣ, ਪਰ ਤੁਸੀਂ ਦੇਖਿਆ ਵੀ ਉੱਥੇ ਇੱਦਾਂ ਰੇਪ ਹੁੰਦੇ ਨੇ? ਕਦੇ ਰੇਪ ਸੀਨ ਕੋਈ ਹੋਇਆ, ਕੋਈ ਰੇਅਰ ਕੋਈ ਐਸਾ ਚਾਂਸ ਹੋ ਗਿਆ? ਅਦਰਵਾਈਜ਼ ਤੁਸੀਂ ਸੁਣਿਆ ਉੱਥੇ ਬੀਚ ਦੇ ਉੱਤੇ ਉਹ 2-ਪੀਸ ਪਾ ਕੇ ਬੈਠਦੀਆਂ ਨੇ ਕੁੜੀਆਂ? ਕਦੇ ਦੇਖਿਆ ਵੀ ਯਾਰ ਉੱਥੋਂ ਫਲਾਣਾ ਬੰਦਾ ਨਿਕਲਿਆ ਤੇ ਉਹਨੇ ਉਹਨੂੰ ਇਸ ਨਿਗਾਹ ਨਾਲ ਦੇਖਿਆ? ਇੱਥੇ ਤੁਸੀਂ ਬਾਹ ਉੱਪਰ ਤੱਕ ਕਰ ਲਓ, ਤੁਹਾਨੂੰ ਉਦੋਂ ਵੀ 10 ਬੰਦੇ ਦੇਖ ਜਾਣਗੇ। ਇਹ ਲੱਗਦਾ ਵੀ ਪੰਜਾਬੀਆਂ ਦੀ ਸੋਚ ਮਾੜੀ ਹੋ ਗਈ, ਪੰਜਾਬੀਆਂ ਦੀ ਸੋਚ ਬਹੁਤ ਮਾੜੀ ਹੋ ਗਈ। ਇਹ ਕਿਉਂ ਹੋ ਗਈ? ਇਹ ਤਾਂ ਬਚਾਉਂਦੇ ਸੀ ਜਿੱਥੇ, ਇਹ ਜਿਹੜਾ ਸੋਸ਼ਲ ਮੀਡੀਆ ਨਹੀਂ ਦੇਖਦੀ, ਜਿਹੜੇ ਬੰਦੇ ਨਾਲ ਤੁਰ ਰਹੀਆਂ ਨੇ ਉਹਨਾਂ ਨੂੰ ਨਹੀਂ ਪਤਾ ਵੀ ਉਹ 25 ਸਾਲ ਦਾ ਕਿ 50 ਸਾਲ ਦਾ, ਪਰ ਉਹ ਦੇਖਦੀਆਂ ਨੇ ਵੀ ਉਹਦੇ ਕੋਲ ਪੈਸਾ ਹੈ। ਸ਼ਾਇਦ ਇਹ ਗੱਲ ਬਹੁਤ ਜਣਿਆਂ ਨੂੰ ਬੁਰੀ ਲੱਗੂਗੀ, ਬਟ ਇਹ ਸੱਚਾਈ ਹੈ। ਪਿਓ ਦੇ ਦੋਸਤ ਨਾਲ ਹੀ ਕੁੜੀਆਂ ਦੀ ਫਰੈਂਡਸ਼ਿਪ ਹੈ। ਬਹੁਤ ਸਾਰੀਆਂ ਕੁੜੀਆਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੰਡੀਗੜ੍ਹ 12-1 ਵਜੇ ਮੁੰਡੇ ਗੱਡੀਆਂ 'ਚੋਂ ਲਾਹ ਜਾਂਦੇ ਆ, ਫਿਰ ਸੜਕਾਂ 'ਤੇ ਰੋਂਦੀਆਂ। ਉਹ ਕੁੜੀਆਂ ਦੇ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਦੇ ਪਿਓਾਂ ਦੇ ਇੰਟਰਵਿਊ ਕਰਕੇ ਤਾਂ ਦੇਖੋ, ਦੇਖੋ ਬਾਪੂ ਕੀ ਕਹਿੰਦਾ ਹੈ ਨਾ। ਉਹ ਜ਼ਹਿਰਾ ਐਵੇਂ, ਤੁਸੀਂ ਬਾਪ ਦੀ ਉਮਰ ਦੇ ਬੰਦੇ ਨਾਲ ਦੋਸਤੀ ਕਰ ਰਹੇ ਹੋ। ਜਿਹੜਾ ਬੰਦਾ ਤੁਹਾਡੇ ਪਿਓ ਦਾ ਦੋਸਤ ਹੈ ਨਾ, ਜਿਹਨੂੰ ਤੁਸੀਂ ਅੰਕਲ ਕਹਿੰਦੇ ਹੋ, ਤੁਸੀਂ ਕਦੇ ਨੋਟਿਸ ਕਰਿਓ, ਸ਼ਾਇਦ ਇਹ ਗੱਲ ਬਹੁਤ ਜਣਿਆਂ ਨੂੰ ਬੁਰੀ ਲੱਗੂਗੀ, ਬਟ ਇਹ ਸੱਚਾਈ ਹੈ। ਪਿਓ ਦੇ ਦੋਸਤ ਨਾਲ ਹੀ ਕੁੜੀਆਂ ਦੀ ਫਰੈਂਡਸ਼ਿਪ ਹੈ। ਅੱਜ ਦਾ ਦੌਰ ਆਹ ਚੱਲ ਰਿਹਾ ਮੇਰੇ ਵੀਰ। ਹੁਣ ਸਾਡਾ ਤਾਇਆ ਚਾਚਾ ਨਹੀਂ ਹੈ। ਅੱਗੇ ਨਾ ਪਿਓ ਦਾ ਜਿਹੜਾ ਦੋਸਤ ਹੁੰਦਾ ਸੀ ਉਹਨੂੰ ਅਸੀਂ ਤਾਇਆ ਜਾਂ ਚਾਚਾ ਕਹਿ ਕੇ ਬੁਲਾਉਂਦੇ ਸੀ, ਹੁਣ ਉਹ ਚੀਜ਼ ਨਹੀਂ। ਹੁਣ ਆਪਾਂ ਕਹਿੰਦੇ ਨਾ ਵੀ ਕੋਈ ਬਗਾਨਾ ਬੰਦਾ ਵੀ ਘਰੇ ਬਣਨਾ ਨਹੀਂ ਚਾਹੀਦਾ। ਬਿਲਕੁਲ, ਇਹਦੇ ਪਿੱਛੇ ਕੋਈ ਤਾਂ ਕਾਰਨ ਹੈ। ਮੈਂ ਨਾ ਪਿੱਛੇ ਜੇ ਇੱਕ ਵੀਡੀਓ ਦੇਖ ਰਿਹਾ ਸੀ, ਕਹਿੰਦਾ ਪਹਿਲਾਂ ਘਰ ਖੁੱਲੇ ਹੁੰਦੇ ਸੀ ਨਾ, ਕੋਈ ਗੇਟ ਨਹੀਂ ਹੁੰਦਾ ਸੀ, ਫਿਰ ਅਸੀਂ ਹੋਰ ਚਾਰ ਦੀਵਾਰੀ ਕਰ ਲਈ। ਹੁਣ ਤੁਸੀਂ ਇਹ ਦੇਖੋ ਵੀ ਕਮਰੇ ਦੇ ਵਿੱਚ ਵੀ ਜੇ ਕੋਈ ਕਮਰਾ ਨਾ, ਉਹਨੂੰ ਵੀ ਅਸੀਂ ਲੌਕ ਕਰਦੇ ਆਂ ਤੇ ਉਸ ਤੋਂ ਬਾਅਦ ਹੁਣ ਸੀਸੀਟੀਵੀ ਵੀ ਲਾਤੇ। ਬਿਲਕੁਲ, ਮਤਲਬ ਕਿੰਨਾ ਸਾਡੇ 'ਚ ਆਪਣਿਆਂ ਤੋਂ ਡਰ ਡਰ ਬੈਠ ਗਿਆ ਮੇਰੇ ਵੀਰ ਵੀ ਘਰੇ ਕੋਈ ਵੀ ਬੰਦਾ ਆਉਂਦਾ ਹੈ ਨਾ, ਕੋਈ ਭੈਣ ਭਰਾ ਵਾਲੀਆਂ ਚੀਜ਼ਾਂ, ਇਹ ਖਤਮ ਹੋ ਗਈ। ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰੀ ਸੀ
ਵੀ ਅੱਜ ਦੇ ਟਾਈਮ 'ਚ ਕੋਈ ਭਰਾ ਨਾ ਕੋਈ ਭਰਾ ਬਣਦਾ ਤੇ ਨਾ ਕੋਈ ਭਰਾ ਬਣਾਉਂਦੀ ਆ ਕੁੜੀ, ਹਨਾ। ਅਗਲੀ ਕਹਿੰਦੀ ਮੈਂ ਭਰਾ ਬਣਾਉਂਗੀ ਤਾਂ ਮੈਂ ਉੱਥੇ ਤੱਕ ਇਹਦੇ ਨਾਲ ਜਾ ਨਹੀਂ ਸਕਦੀ, ਜਿਹੜੀ ਗੱਲ ਆਪਣੇ ਆਪ ਤੇ ਲਾਗੂ ਹੋਵੇ ਨਾ, ਹੈ ਨਾ ਵੀਰੇ। ਮੁੰਡੇ ਵੀ ਨਾ ਕੁੜੀਆਂ ਨੂੰ ਦੇਖ ਕੇ ਬੁਲਾਉਂਦੇ ਨੇ ਵੀ ਇਹ ਕੁੜੀ ਕਿੱਥੇ ਸਟੈਂਡ ਕਰਦੀ ਹੈ। ਅੱਛਾ, ਇਹ ਮੈਂ ਆਪਣੀ ਪਰਸਨਲ ਗੱਲ ਕਹੂੰਗੀ ਵੀ ਮੈਂ ਜਿਵੇਂ ਹੁਣ ਹਰ ਇੱਕ ਨੂੰ ਮੇਰੀ ਅਕਸਰ ਇੱਕ ਆਦਤ ਹੈ, ਤੁਸੀਂ ਦੇਖਣਾ ਮੈਂ ਬਾਈ ਕਹਿ ਕੇ ਬੁਲਾਉਂਦੀ ਹਾਂ ਜਾਂ ਵੀਰ ਕਹਿ ਕੇ ਬੁਲਾਉਂਦੀ ਹਾਂ, ਪਰ ਮੈਨੂੰ ਉਹੀ ਜਿਹੀ ਇੱਜ਼ਤ ਉਹ ਜਿਹਾ ਪਿਆਰ ਐਕਚੁਅਲ 'ਚ ਮਿਲ ਰਿਹਾ। ਮਤਲਬ ਮੇਰੇ ਬੱਚੇ ਵੀ ਹੱਸਣ ਲੱਗ ਜਾਂਦੇ ਨੇ ਵੀ ਸਾਨੂੰ ਇਹ ਦੱਸਦੇ ਵੀ ਕਿਹੜਾ ਕੋਨਾ ਵੀ ਜਿੱਥੇ ਸਾਡਾ ਮਾਮਾ ਨਹੀਂ ਬੈਠਾ, ਹੈ ਨਾ। ਸੋ ਇਹ ਵੀ ਉਹ ਕੁਦਰਤ ਦੀ ਮਿਹਰ ਜਾਂ ਪਰਮਾਤਮਾ ਦਾ ਨਾ, ਕਹਿੰਦੇ ਨੇ ਵੀ ਇੱਕ ਵਧੀਆ ਹੱਥ ਤੁਹਾਡੇ ਸਿਰ 'ਤੇ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਇਹ ਲੱਗਦਾ ਸਾਰਾ ਵੇਖ ਵਿਖਾਵਾ ਬਾਹਰਲੇ ਕਲਚਰ ਦਾ ਵੀ ਹੈ ਕਿਤੇ, ਵੀ ਜਿਵੇਂ ਬਾਹਰ ਕੱਟ ਨੈਚੁਰਲੀ ਅਸੀਂ ਨਾ ਉਹਨਾਂ ਦਾ ਕਲਚਰ ਦਾ ਅਡੋਪਟ ਕਰ ਲਿਆ ਸੀ, ਉਹਨਾਂ ਦੀ ਸੋਚ ਨਹੀਂ ਅਡੋਪਟ ਕਰੀ। ਤੁਸੀਂ ਬਾਹਰ ਚਲੇ ਜਾਓ, ਬਾਹਰ ਉਹਨਾਂ ਨੇ ਬੇਸ਼ੱਕ ਉਹ ਮੈਂ ਕਹਿੰਦੀ ਹਾਂ ਸਾਰੇ ਕੱਪੜੇ ਉਤਾਰ ਕੇ ਵੀ ਬਹਿ ਜਾਣ, ਪਰ ਤੁਸੀਂ ਦੇਖਿਆ ਵੀ ਉੱਥੇ ਉੱਥੇ ਇੱਦਾਂ ਰੇਪ ਹੁੰਦੇ ਨੇ, ਕਦੇ ਰੇਪ ਸੀਨ ਕੋਈ ਹੋਇਆ, ਕੋਈ ਰੇਅਰ ਕੋਈ ਐਸਾ ਚਾਂਸ ਹੋ ਗਿਆ। ਅਦਰਵਾਈਜ਼ ਤੁਸੀਂ ਸੁਣਿਆ ਉੱਥੇ ਬੀਚ ਦੇ ਉੱਤੇ ਉਹ ਟੂ ਪੀਸ ਪਾ ਕੇ ਬੈਠਦੀਆਂ ਨੇ ਕੁੜੀਆਂ, ਕਦੇ ਦੇਖਿਆ ਵੀ ਯਾਰ ਉੱਥੋਂ ਫਲਾਣਾ ਬੰਦਾ ਨਿਕਲਿਆ ਤੇ ਉਹਨੇ ਉਹਨੂੰ ਇਸ ਨਿਗਾਹ ਨਾਲ ਦੇਖਿਆ। ਇੱਥੇ ਤੁਸੀਂ ਬਾਂਹ ਉੱਪਰ ਤੱਕ ਕਰ ਲਓ, ਤੁਹਾਨੂੰ ਉਦੋਂ ਵੀ 10 ਬੰਦੇ ਦੇਖ ਜਾਣਗੇ। ਇਹ ਲੱਗਦਾ ਵੀ ਪੰਜਾਬੀਆਂ ਦੀ ਸੋਚ ਮਾੜੀ ਹੋ, ਪੰਜਾਬੀਆਂ ਦੀ ਸੋਚ ਬਹੁਤ ਮਾੜੀ ਹੋ ਗਈ। ਇਹ ਕਿਉਂ ਹੋ ਗਈ? ਇਹ ਤਾਂ ਬਚਾਉਂਦੇ ਸੀ, ਇਹ ਜਿਹੜਾ ਸੋਸ਼ਲ ਮੀਡੀਆ,